ਮੇਰਾ ਕਸੂਰ ਇਹ ਹੈ ਜੋ ਮੈਂ ਨਵਾਜ਼ ਸ਼ਰੀਫ ਦੀ ਧੀ ਹਾਂ, ਜਾਣਦੀ ਹਾਂ ਮੇਰੇ 'ਤੇ ਰੈਫਰੈਂਸ ਕਿਉਂ ਬੜੇ ਗਏ। ਮਰੀਅਮ ਨਵਾਜ਼ ਦੀ ਪ੍ਰੈਸ ਕਾਨਫਰੰਸ, ਆਖਿਆ ਨਵਾਜ਼ ਸ਼ਰੀਫ ਵੋਟ ਦੀ ਇੱਜ਼ਤ ਚਾਹੁੰਦੇ, ਨਵਾਜ਼ ਸ਼ਰੀਫ ਦੀ ਧੀ ਹਰ ਇਮਤਿਹਾਨ 'ਚ ਉਹਨਾਂ ਦੇ ਨਾਲ ਰਹਾ ਸੀ। ਮਰੀਅਮ ਨਵਾਜ਼ 'ਤੇ ਕੌਮੀ ਦੌਲਤ ਚੋਰੀ ਕਰਨ ਅਤੇ ਝੂਠ ਬੋਲਣ 'ਤੇ ਮੁਕੱਦਮਾ ਬਣਾਇਆ ਗਿਆ। ਤਰਜਮਾਨ ਤਹਿਰੀਕ ਇਨਸਾਫ਼ ਫਵਾਦ ਚੌਧਰੀ ਦਾ ਰੱਦ ਅਮਲ, ਆਖਿਆ ਮਰੀਅਮ ਨਵਾਜ਼ ਇਹਦੇ ਉਹਦੇ ਦੀਆਂ ਗਾਲੀ ਨਾ ਕਰਨ, ਮਨੀ ਟ੍ਰੇਲ ਦੇਵੇ। ਸਿਆਸੀ ਜਮਾਤਾਂ ਕੋ ਇੰਤਖਾਬੀ ਨਿਸ਼ਾਨਾਤ ਦੀ ਅਲਾਟਮੈਂਟ, ਪੀ ਟੀ ਆਈ ਕੋ ਬੱਲਾ, ਨੂਨ ਲੀਗ ਕੋ ਸ਼ੇਰ, ਐਮ ਕੇ ਐਮ ਕੋ ਪਤੰਗ ਦਾ ਨਿਸ਼ਾਨ ਅਲਾਟ, ਪੀਪਲਸ ਪਾਰਟੀ ਪਾਰਲੀਮੈਂਟੇਰੀਅਨ ਸਤੀਰ, ਐਮ ਐਮ ਏ ਕਿਤਾਬ, ਏ ਐਮ ਪੀ ਲਾਲਟੈਨ ਅਤੇ ਇਲੈਕਸ਼ਨ ਲੜਸਨ। ਪਾਕਿਸਤਾਨ ਪੀਪਲਸ ਪਾਰਟੀ ਕੋ ਤਲਵਾਰ ਮਿਲ ਗਈ, ਕਾਫ ਲੀਗ ਸਾਈਕਲ ਤੋਂ ਟਰੈਕਟਰ 'ਤੇ ਆ ਗਈ। ਰਹਿਨਮਾ ਸ਼ਬੀਰ ਸ਼ਾਹ ਦੀ ਧੀ ਦਾ ਕਾਰਨਾਮਾ, ਸਮਾਂ ਸ਼ਬੀਰ ਦਾ 12ਵੀਂ ਦੇ ਇਮਤਿਹਾਨਾਂ 'ਤੇ ਪੂਰੇ ਕਸ਼ਮੀਰ ਏ ਟੌਪ, 500 ਤੋਂ 479 ਨੰਬਰ ਹਾਸਲ ਕੀਤੇ। ਜ਼ਹੀਨ ਵਾਲਦੀ ਦਾ ਵਾਲਿਦ ਕੋ ਸ਼ਾਨਦਾਰ ਅਲਫਾਜ਼ ਖਿਰਾਜ ਤਹਿਸੀਨ ਰੋਲ ਮਾਡਲ ਕਰਾਰ ਦੇ ਦਿੱਤਾ।